उच्ची बोलो वह गैर महरम है ना जी उन्हें चंकी तस्वीर लगी उन्हें पास कर ली वह वेच देवेगा गूगल तेज दे दू नैट पर दे वेज देरिया तिया दया तस्वीर बिक के अगले पैसे कमा के खा गए तेन खबर ही नहीं कितनी लड़कियों की पिक्चरें टाइम नैट पर हैं सर्च करें तो वो आपको मिल जाएगी वो घर वालों को पता ही नहीं है कि हमें तो भाई पता ही नहीं और वो तस्वीरें बिक चुकी हैं और तुम्हें पता ही नहीं ਹਮਾਰਾ ਸਿਰਫ ਹਾਲ ਇਹ ਹੈ ਬਸ ਮੌਲਵੀ ਕੋ ਚਾਹੀਏ ਸਿਰਫ ਆਪਕੋ ਜੰਨਤ ਦਾ ਟਿਕਟ ਦੇ ਦੇ ਔਰ ਬਸ ਆਪ ਕਹੇ ਬੱਲੇ ਬੱਲੇ ਇਹਦੇ ਨਾਲ ਦਾ ਮੌਲਵੀ ਪਾਕਿਸਤਾਨ ਚ ਕੋਈ ਨਹੀਂ ਤੇ ਜਿਹੜਾ ਮੌਲਵੀ ਤੁਹਾਨੂੰ ਤੁਹਾਡੀਆਂ ਕਰਤੂਤਾ ਵਹਾਏ ਨਾ ਬਾਤ ਚ ਇਹ ਮਦਰੀ ਨੂੰ ਕੀ ਲੋੜ ਸੀ ਅਜੀ ਗੱਲ ਕਰਨ ਦੀ ਤੇ ਤੁਸੀਂ ਆਪਣੀਆਂ ਕਰਤੂਤਾ ਠੀਕ ਕਰ ਲਓ ਜੋ ਅਸਾਂ ਦੇਖਣਾ ਅਸਾਂ ਉਹਦੀ ਰੱਦ ਤੇ ਕਰਨਾ ਹੈ ਨਾ ਨਬੀ پاک ਅੱਠ ਦਿਨ ਜੁਮਾ ਪੜ੍ਹਾਉਂਦੇ ਸੀ ਜਿਹੜਾ ਜੋ ਮੰਡੀ ਚ ਵੇਖਦੇ ਸੀ ਜੋ ਮੰਡੀ ਚ ਮੁਸਤਫਾ ਵੇਖਦੇ ਸੀ ਆਪ ਜੁਮੇ ਚ ਆਣ ਕੇ ਕਹਿੰਦੇ ਸੀ ਐ ਯੁਹਨਾਸ ਐ ਇਨਸਾਨੋ ਐਸੀ ਐਸੀ ਗਲਤੀ ਖਤਮ ਕਰ ਦੋ ਜਿਹਦੇ ਚੋ ਗਲਤੀ ਹੁੰਦੀ ਸੀ ਉਹ ਸਹਿਾਬਾ ਸਮਝ ਜਾਂਦੇ ਸੀ ਉਹ ਆਪਣੀ ਗਲਤੀ ਦੂਰ ਕਰ ਲੈਂਦੇ ਸੀ ਤੇ ਸਾਡੇ ਇੱਥੇ ਚਾਹਲ ਕਲਾਂ ਚ ਕੋਈ ਗਲਤੀ ਹੋਵੇ ਨਾ ਮੌਲਵੀ ਜੁਮੇ ਚ ਬਿਆਨ ਕਰਦੇ ਇਹ ਪੁੱਛਣ ਲੱਗ ਪੈਂਦੇ ਨੇ ਮੌਲਵੀ ਨੂੰ ਕਿਨੇ ਦੱਸਿਆ ਵੀ ਆਪਣੀ ਗਲਤੀ ਸਹੀ ਕਰਨ ਦੀ ਬਜਾਏ ਉਹ ਖੁਰਾ ਲੱਭਦੇ ਨੇ ਵੀ ਮੌਲਵੀ ਨੂੰ ਕਿਨੇ ਦੱਸਿਆ ਵੀ ਮੌਲਵੀ ਤੁਹਾਡੇ ਵਿੱਚ ਹੀ ਹੈ ਮੌਲਵੀ ਕੋ ਖਲਾਈ ਮਖਲੂਕ ਹੈ ਆ ਜਿੰਨੀ ਫੈਂਟੀ ਪਿੰਡਾਂ ਦੇ ਮੌਲਵੀਆਂ ਨੂੰ ਪੈਣੀ ਹੈ ਨਾ ਕਿਆਮਤ ਨੂੰ ਕਿਸੇ ਨੂੰ ਨਹੀਂ ਪੈਣੀ ਮੌਲਵੀ ਨੂੰ ਪਤਾ ਹੁੰਦਾ ਹੈ ਐਸ ਚੌਧਰੀ ਨੇ 6 ਕਨਾਲਾਂ ਧਿਤ ਦੀਆਂ ਰਗੜੀਆਂ ਇਹ ਫਿਰ ਵੀ ਆਂਦਾ ਯਾਰਲਾ ਇਹਨੂੰ ਬਖਸ਼ੀ ਬੋਲੋ ਕਹਿੰਦੇ ਨੇ ਕਿ ਨਹੀਂ ਕਹਿੰਦੇ ਹ ਤੇ ਈਮਾਨ ਨਾਲ ਦੱਸੋ ਇਹਨਾ ਬਜਮਾ ਬੈਠਾ ਹੈ ਇਹ ਗੱਲ ਮੈਂ ਜਿਹੜੀ ਕੀਤੀ ਹੈ ਇੰਜ ਹੈਗੀ ਹੈ ਕਿ ਨਹੀਂ ਹੈ ਮੌਲਵੀ ਤਵਾਦ ਕੌਣ ਪੇਤੀ ਹੁੰਦਾ ਪਿੰਡ ਤੇ ਸ਼ਹਿਰ ਦੇ ਵਿੱਚ ਆ ਮੈਂ ਜਿਹੜੀ ਮਸਜਦ ਚ ਮੈਂ ਜਿਹੜੀ ਮਸਜਦ ਚ ਵੀ ਜੁਮਾ ਪੜਾਵਾਂ ਆ ਭਾਈ ਇਮਰਾਨ ਮੇਰੇ ਨਾਲ 2004 ਤੋਂ 3000 ਨਵੀਂ 3 4 ਤੋਂ ਲੱਗਾ ਐਨੇ ਸਾਲ ਗੁਜ਼ਰ ਗਏ 20 ਸਾਲ ਉੱਚੋ ਇਹਨੂੰ ਮੈਂ ਜਿਹੜੇ ਕੋਲ ਜਾਣਾ ਜੱਜਾ ਕੋ ਜਾਵਾਂ ਵਕੀਲਾ ਕੋ ਜਾਵਾਂ ਪ੍ਰਾਪਰਟੀ ਡੀਲਰ ਕੋ ਜਾ ਅਗਲੇ ਦਿਨ ਮੈਂ ਪ੍ਰਾਪਰਟੀ ਡੀਲਰ ਕੋ ਜਲਸਾ ਕੀਤਾ ਮੈਂ ਉੱਥੇ ਉਹਨਾਂ ਦੀਆਂ ਹੀਰਾ ਫੇਰੀਆਂ ਦੱਸੀਆਂ ਉਹਨਾਂ ਦੇ ਕੋਲ ਬਹਿ ਕੇ ਉਹਨਾਂ ਨੂੰ ਦੱਸੀਆਂ ਐਹੀ ਜਿੱਥੇ ਜਾਂਦੇ ਆ ਜੀ ਉਹਨਾਂ ਦੀਆਂ ਤਰੀਫਾਂ ਲੱਗ ਪਈ ਨੇ ਕਰਨ ਤੇ ਫਿਰ ਉਹਨਾਂ ਨੂੰ ਸਵਾਰਨਾ ਕਿੰਨੇ ਬੋਲੋ ਉਹਨਾਂ ਨੂੰ ਸਵਾਰਨਾ ਕਿੰਨੇ ਮੈਨੂੰ ਤੁਸੀਂ ਕਿਸੇ ਸ਼ੋਬੇ ਆ ਪਠਿਆਲੇ ਵਾਲੇ ਕੋਲ ਜਲਸੇ ਦੇ ਸਾਧ ਲਓ ਮੈਂ ਉਥੇ ਪਥੇਰ ਦੀ ਜਨਾਬੇ ਵਾਲਾ ਦੱਸਾਂਗਾ ਪਥੇਰ ਹੀਰਾ ਫੇਰੀ ਕਿਵੇਂ ਲਾਉਂਦੀ ਉਥੇ ਦੱਸਾਂਗਾ ਪਠਿਆਲੇ ਹੀਰਾ ਫੇਰੀ ਕਿਵੇਂ ਲਾਉਂਦੇ ਆਬਾਡਾ ਵਾਲੇ ਮੈਨੂੰ ਜਲਸੇ ਸਾਧ ਲਾ ਮੈਂ ਉਥੇ ਸੁਈ ਗੈਸਾ ਲੈ ਅਗਲੇ ਦਿਨ ਮੈਨੂੰ ਸੱਦਿਆ ਮੈਂ ਉਥੇ ਉਹਨਾਂ ਦੀ ਹੀਰਾ ਫੇਰੀਆਂ ਦੱਸੀਆਂ ਉਹਨਾਂ ਨੂੰ ਮੇਰੀ ਤਿਆਦਤ ਮੈਂ ਲੋਕਾਂ ਨੂੰ ਸਮਝਾਉਣਾ ਇੱਕ ਇੱਕ ਗੱਲ ਜਿੱਥੇ ਜਾਵਾਂ ਪੁਲਿਸ ਨੂੰ ਜਾਵਾਂ ਜੱਜਾਂ ਨੂੰ ਜਾਂ ਅਗਲੇ ਦਿਨ ਮੈਂ ਕੈਦੀਆਂ ਨੂੰ ਖitab ਕਰਨ ਜੇਲ੍ਹ ਚ ਗਿਆ ਮੈਂ ਉਥੇ ਜੇਲ੍ਹ ਦੇ ਕੈਦੀਆਂ ਨੂੰ ਜਨਾਬ ਜੀ ਗੱਲਾਂ ਸਮਝਾਈ ਮੇਰੀ ਤੇ ਆਦਤ ਹੈ ਮੈਂ ਜਿੱਥੇ ਜਾਵਾਂ ਜਿਹੜੇ ਸ਼ੋਅ ਵਿੱਚ ਜਿਹੜੀ ਗਲਤੀ ਹੈ ਉਹਨੂੰ ਡੱਕ ਕੇ ਆਵਾਂ ਕਿਉਂਕਿ ਮੈਨੂੰ ਨਬੀ ਪਾਕ ਦਾ ਅੱਲਾ ਨੇ ਡਾਕੀਆ ਬਣਾਇਆ ਡਾਕੀਆ ਦਾ ਕੰਮ ਹੈ ਚਿੱਠੀ ਸੁੱਟ ਆਉਣਾ ਕੋਈ ਅਮਲ ਕਰੇ ਨਾ ਕਰੇ ਉਹਦੀ ਆਪਣੀ ਮਰਜ਼ੀ ਹੈ ਮੈਂ ਤਾਂ ਡਾਕ ਲੈ ਕੇ ਜਾਣਾ ਹੈ ਤੇ ਜੇ ਡਾਕੀਆ ਹੀ ਜਾਂਦੇ ਆ ਆਖੇ ਚਿੱਠੀ ਨਾ ਪੜਿਆ ਜੇ ਤੁਸੀਂ ਚੈਲੋ ਹੀ ਜੰਤੀ ਜੇ ਤੋਂ ਅਮਲ ਕਰਨਾ ਬੋਲੋ ਯਾਰ ਚਿੱਠੀ ਪੜ ਕੇ ਹੀ ਅਮਲ ਹੁੰਦਾ ਹੋਈ ਨਹੀਂ ਉਹ ਵਾਰੂ ਬਣਦਾ जिंद न मानी दाग लगीए ते कुट मिलदा नी पानी दाग सामने हौज दिसदा एक पीर हकानी दाग पर पता नी साकी कौसर कीमत के लाई ए चिट्ठी आसमान सरवर अहमद नु आई मेरे को तो जड़ी चिट्ठी पहुंचती मैं तुम पहुंचा दे मुस्तफा नु आसमान तो चिट्ठी आई है आखरी गले तेरी मेरी हाजरी कबूलियां भेर भी सुनल मेरे वीर भी ध्यान न सुन आओ अजी जाने मन अर्ज करना चाहिए वे जिन आखरत फिक्र होना किस तरह का आंदा है उन्होंने सोने के भारती भी बहा दो दिल डोलता अदरत जनाबे सलमान पारसी ईरान के गवर्नर बन के चले गए जनाबे सलमान सब तो बूढ़े सियाबी दो सौ साल दी उम्र च कलमां पढ़े आने साल दी उम्र च अल्ला मानना दस बी दो सौ साल अज दी उम्र है हैगी वो 200 साल दी उम्र च कलमा पढ़ के दीन छे बुढ़े सत्तर साल दिन कही नमाज पढ़ो केरी सुध बुद्ध कम नहीं करती ਜਦ ਢਾਈ ਮਨ ਦੀ ਗਾਲ ਕੱਢਣ ਲਈ ਇਹਨਾਂ ਨੇ ਸੁੱਧ-ਬੁੱਧ ਕੰਮ ਕਰਦੀ ਹੈ। ਆ ਸਾਡੇ ਬੁੱਢਿਆਂ ਕੋ ਤਿੰਨ-ਤਿੰਨ ਮਨ ਦੀ ਗਾਲ ਸੁਣ ਲਓ। ਢਾਈ-ਢਾਈ ਮਨ ਦੀ ਗਾਲ ਸੁਣ ਲਓ। ਬੋਲੋ। ਹੁਣ ਜਿਹੜੇ ਬੁੱਢੇ ਨੇ ਨੌ ਨੂੰ ਗਾਲਾਂ ਕੱਢਣੀਆਂ ਨੇ ਨੌ ਸੂਰਤੀ ਯਾਸੀਨ ਪੜ੍ਹ ਕੇ ਸੁਣਾਏ। ਇਹ ਬੁੱਢਿਆਂ 'ਚ ਵੀ ਵਾਲ ਪੜੇ ਨੇ। ਸਾਡੇ 70 ਸਾਲ ਦੇ ਬੁੱਢੇ ਇਹਨਾਂ ਨੂੰ ਕਹੀਏ ਨਮਾਜ਼ ਪੜੋ। ਨਹੀਂ ਸਾਡਾ ਦਿਮਾਗ ਕੰਮ ਨਹੀਂ ਕਰਦਾ। ਤੇ ਇਹਨਾਂ ਨੂੰ ਸਾਗ ਵਾਲੀ ਥਾਲੀ ਦਵੋ ਤੇ ਇੱਕ ਗੋਏ ਦੀ ਥਾਲੀ ਭਰ ਕੇ ਦਵੋ। ਇਹਨਾਂ ਸਾਗ ਵਾਲੀ ਫੜਨੀ। ਉੱਥੇ ਇਹਨਾਂ ਦੀ ਸੁਧ-ਬੋਧ ਕੰਮ ਕਰਦੀ ਹੈ ਜਿਹਨੂੰ ਬਹੁਤ ਖੁਸ਼ਬੋ ਦਾ ਪਤਾ ਹੈ ਹੁਣ ਤਾਂ ਨਮਾਜ਼ ਪੜਨੀ ਪੈਣੀ ਹੈ ਹੁਣ ਕਈ ਬੁੱਢੇ ਢਿਲੇ ਪੈ ਗਏ ਨੇ ਇਹ ਬੁੱਢੇ ਤਾਂ ਸਾਰੇ ਨਮਾਜ਼ੀ ਬੈਠੇ ਨੇ ਮੈਂ ਤਾਂ ਉਹਨਾਂ ਬੁੱਢਿਆਂ ਦੀਆਂ ਗੱਲਾਂ ਕਰ ਰਹੇ ਹੁੱਕੇ ਛਕ ਰਹੇ ਨੇ ਆ ਮੈਂ ਕਿਲੇ ਤੋਂ ਲੰਘਿਆ ਸੜਕ ਵੇਲੀ ਸੀ ਦੋ ਬਾਬੇ ਬਹਿ ਕੇ ਵਿੱਚ ਘਰ ਹੁੱਕਾ ਪੀ ਰਹੇ ਸੀ ਦੱਸੋ ਉਹਨਾਂ ਨੂੰ ਅੱਜ ਫਿਕਰ ਹੀ ਨਹੀਂ ਵੀ ਅੱਜ ਜੁਮਾ ਪੜਨ ਜਾਣਾ ਵਿੱਚ ਘਰ ਬਹਿ ਕੇ ਹੁੱਕਾ ਪੀ ਰਹੇ ਸੀ ਸੜਕ ਬੰਦਈ ਸੀ ਇੱਕ ਪਰਫਾ ਬੰਦ ਸੀ ਮੈਂ ਧਿਆਨ ਪੈ ਗਿਆ ਮੈਂ ਵਾਹ ਬੁੱਢਿਓ ਪੱਕਾ ਮੇਵਾ ਪਤਾ ਨਹੀਂ ਕਦੋਂ ਛੱਡ ਜਾਣਾ ਤੇ ਜੇ ਤੁਹਾਡਾ ਇੱਥੇ ਹੀ ਆ ਗਿਆ ਵਕਤ ਤੇ ਕਬਰ ਚ ਜਵਾਬ ਕੀ ਦੇਵੋ ਉਹ ਦੱਸੋ ਬਈ ਬੰਦਾ ਕੁਜਰਾ ਵਾਲਿਓ ਬਵੇ ਬੋਲੋ ਲੱਦੇ ਵਾਲੇ ਵੜਾਇ ਜਿੱਥੇ ਬੇੜਾ ਗਰਕ ਹੋਇਆ ਸੜਕ ਦਾ ਬੋਲੋ ਉਥੋਂ ਜੂ ਬਵੇ ਗੱਡੀ ਚ ਚੱਲ ਹੀ ਉਤਰਨਾ ਹੋਵੇ ਤੇ ਸਵਾਰੀ ਕਿਲੇ ਤੋਂ ਹੀ ਉਤਰ ਕੇ ਖੜੀ ਹੋ ਜਾਂਦੀ ਹੈ ਨਾ ਸੀਟ ਤੋਂ ਵੀ ਮੈਂ ਚਹਾਂ ਉਤਰਨਾ ਫਿਕਰ ਹੁੰਦਾ ਨਾ ਸਮਾਨ ਹੱਟ ਕਰ ਲੈਂਦੇ ਨੇ ਪੂਰਾ ਵੇਖਣ ਲੱਗ ਪੈਂਦੇ ਵੀ ਕੋਈ ਚੀਜ਼ ਗੱਡੀ 'ਚ ਰਹਿ ਤਾ ਨਹੀਂ ਗਈ ਤੇ ਫਿਰ ਗੇਟ ਤੇ ਲੱਗ ਕੇ ਆ ਜਾਂਦੇ ਭਾਈ ਮੈਨੂੰ ਚੈਲਿੰ ਲਾ ਦੇ ਓਏ ਜਿੰਨੂੰ ਪਤਾ ਹੋਵੇ ਮੇਰਾ ਸਟਾਪ ਆਉਣਾ ਲਾਏ ਉਹ ਤੇ ਹੁਸ਼ਿਆਰ ਹੁੰਦਾ ਸਾਡੇ ਬੁੱਢਿਆਂ ਨੂੰ ਪਤਾ ਵੀ ਅਹੀ ਪੁੱਗਣ ਵਾਲੇ ਇਹ ਸਭ ਬੇਈਮਾਨ ਹੋ ਗਏ ਨੇ ਇਸ ਨਾਲ ਸਗੋਂ ਕੇ ਸਾਂ ਮਾਰ ਲੀਆਂ ਨੇ ਸਗੋਂ ਗਰ ਕੇ ਪੈ ਨੇ ਮੈਂ ਵੇਨਾ ਅੱਲਾ ਮਾਫ ਕਰੇ ਜਿਵੇਂ ਜਿਵੇਂ ਬੁੱਢੇ ਹੋ ਰਹੇ ਨੇ ਗਰ ਕੇ ਜਾ ਰਹੇ ਨੇ

ਉਹਨਾਂ ਵੇਖਿਆ ਨਾ ਈਰਾਨ ਦਾ ਗਵਰਨਰ ਆਇਆ ਤੇ ਪਤਾ ਨਹੀਂ ਲੱਗਾ ਇੱਕ ਖੋਤੇ ਤੇ ਬੈਠੇ ਨੇ ਭੜੇ ਜੇ ਕੱਪੜੇ ਨੇ ਤੇ ਦਫ਼ਤਰ 'ਚ ਬਹਿ ਗਏ ਉਹਦੇ ਪ੍ਰੋਟੋਕੋਲ ਵਾਲੇ ਸੀ ਬਾਹਰ ਖੜੇ ਵੀ ਗਵਰਨਰ ਆ ਰਿਹਾ ਹੈ ਉਹਨਾਂ ਕਹਿੰਦੇ ਗਵਰਨਰ ਕਿੱਥੇ ਉਹਨਾਂ ਕਹਾਂ ਗਵਰਨਰ ਹੋਣੀ ਤੇ ਕੁਰਸੀ ਤੇ ਵੀ ਬੈਠੇ ਤੁਸੀਂ ਬਾਹਰ ਵੇਖਦੇ ਪੈ ਆ ਸਾਡਾ ਲਾਹੌਰ ਚ ਅਜ ਮੀਰਲ ਮੋਮੇਨੀਨ ਆਇਆ ਹੈ ਜਿਹੜਾ ਸਾਈਕਲ ਤੇ ਜਾਂਦਾ ਹੁੰਦਾ ਸੀ ਨਾ ਕਹਿੰਦਾ ਸੀ ਸਾਈਕਲ ਤੇ ਜਾਣਾ ਕਰਨਾ ਉਹ ਮੀਰਲ ਮੋਮੇਨੀਨ ਬੋਲੋ ਉਹ امیرالمؤਮਨین ਲਾਹੌਰ ਆਵੇ ਤਾਂ ਸੜਕਾਂ ਬੰਦ ਹੋ ਜਾਂਦੀਆਂ ਤੇ 2 ਸਾਲਾਂ ਬਾਅਦ ਉਹਨੇ ਸੜਕਾਂ ਦੇ ਧੱਕੇ ਖਾਣੇ ਕੇ ਸਲਾਮ ਵੀ ਨਹੀਂ ਲੈਣੇ ਅਰੇ ਹੁਣ ਕੁਰਸੀਆਂ ਤੇ ਮਾਨ ਕਰਦੇ ਨਾ ਇਹਨਾਂ ਨੂੰ ਜਦੋਂ ਕੁਰਸੀ ਖਸ ਜਾਂਦੀ ਹੈ ਵੇਖਿਆ ਕਰੋ ਸੜਕਾਂ ਦੇ ਗੀਤੀ ਮਾ ਤਰ੍ਹਾਂ ਫਿਰਦੇ ਕੋਈ ਸਲਾਮ ਲੈਂਦਾ ਨਹੀਂ ਲੈਂਦਾ ਤੇ ਹੁਣ ਇਹਨਾਂ ਦੀ ਧੌਣ 'ਚ ਸਰੀਆ ਫਰਾਉਣ ਵਾਲਾ ਪੂਰਾ ਫਿੱਟ ਕਿਨਾਂ ਸਲਾਮ ਨਹੀਂ ਲੈਣਾ ਹੁੰਦਾ ਮੇਨੂੰ ਬੰਦਿਆਂ ਦੇ ਅਗਲੇ ਦਿਨ ਤੂੰ ਗਵਰਨਰ ਨਾਲ ਫਿਰਨਦਿਆਂ ਸਾਂ ਅਕਬਰਨ ਪੰਜਾਬ ਨਾਲ ਮੈਂ 2 ਦਿਨ ਕੱਢੇ ਇਹ ਤੇ ਤੂੰ ਤੇ ਹਕੂਮਤ ਦੇ ਖਿਲਾਫ ਵੀ ਬੋਲਣਾ ਤੇ ਉਹਨਾਂ ਦੇ ਗਵਰਨਰ ਤੇ ਮੈਂ ਮੈਂ ਉੱਥੇ ਕੜੇ ਉਹਨਾਂ ਦੇ ਕਸੀਦੇ ਪੜਨ ਗਿਆ ਸਾਂ ਮੈਂ ਉੱਥੇ ਵੀ ਗੱਲਾਂ ਉਂਝਦੀਆਂ ਕਰਨਾ ਜਿਵੇਂ ਇੱਥੇ ਕਰ ਰਿਹਾ ਓ ਨਾਸਰ ਮਦਨੀ ਜਿਹੜੀ ਮਰਜ਼ੀ ਹਕੂਮਤ ਚ ਹੋਵੇਗਾ ਜਿਹੜੀ ਮਰਜ਼ੀ ਪਾਰਟੀ ਚ ਹੋਵੇਗਾ ਗੱਲ ਹੱਕ ਦੀ ਕਰੇਗਾ ਕਿਉਂਕਿ ਇੱਜ਼ਤ ਬਣਾਉਣ ਲਈ ਉਮਰ ਚਾਹੀਦੀ ਏ ਗਵਨ ਲਈ ਮਿੰਟ ਚਾਹੀਦੀ ਇੱਜ਼ਤ ਤੇ ਲੱਖੀ ਨਾ ਹਜ਼ਾਰੀ ਹੱਕ ਦੀ ਗੱਲ ਜਿੱਥੇ ਮਰਜ਼ੀ ਖਲੋਤਾ ਹੋਵੇ ਕਰ ਦੋ ਜਿਹੜੀ ਰਾਤ ਕਬਰ ਚੋਂ ਤੇ ਆਉਣੀ ਆਉਣੀ ਆ ਮੈਨੂੰ ਜਦੋਂ ਇਹ ਨਵਾਂ ਨਵਾਂ ਆਇਆ ਸੀ ਨਾ ਸਾਰੇ ਮੌਲਵੀ ਆਖਣ ਮਦਨੀ ਗਿਆ ਜੇਲ੍ਹ ਚ ਮਦਨੀ ਗਿਆ ਜੇਲ੍ਹ ਚ ਤੇ ਇਹਨਾਂ ਇਹਨਾਂ ਮੈਨੂੰ ਡਰਾਇਆ ਵੀ ਨਾ ਬੋਲਿਆ ਕਰ ਆ ਮੇਰੇ ਨਾਲ ਦੇ ਵੀ ਕਈ ਵਾਰ ਮੈਨੂੰ ਆਂਦੇ ਸੀ ਹੱਥ ਧੋਲਾ ਰੱਖੋ ਬੜਾ ਜੇ ਉਹ ਬੜਾ ਗੌੜਾਈ ਤੇ ਆ ਮੇਰੇ ਨਾਲ ਗੱਡੀ ਚ ਬਹਿ ਕੇ ਨਾ ਆਖਣਾ ਆ ਗੱਲ ਕੱਟ ਨਾ ਦਈਏ ਵਿੱਚੋਂ ਮਾਨ ਨੇ ਚੜ੍ਹਦ 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 ਕੱਲ ਕਿਉਂ ਵੇਹ ਲੋ ਸਾਢੇ 3 ਸਾਲ ਹੋ ਗਏ ਨੇ ਮੈਂ ਉੱਥੇ ਹੀ ਮੈਂ ਗੱਲਾਂ ਵੀ ਕਰਨਾ ਕਿਉਂ ਹਾਕ ਸੁਨਾਇਆ ਕੋਈ ਜੇਲ੍ਹ ਜਾਵੇ ਤੇ ਕੋਈ ਮਹਿਣਾ ਨਹੀਂ ਲੋਕੀ ਚਰਸ ਵੇਚ ਕੇ ਜਾ ਰਹੇ ਨੇ ਠੱਗੀ ਮਾਰ ਕੇ ਜਾ ਰਹੇ ਨੇ ਬੋਲੋ ਤੇ ਉਹ ਹੱਸਦੇ ਨੇ ਤੇ ਅਸੀਂ ਨਵੀ ਦਾ ਦੀਨ ਸੁਣਾ ਕੇ ਜੇ ਚਲੇ ਜਾਈਏ ਤੇ ਸਾਨੂੰ ਕਿਹੜਾ ਐਡਾ ਮਹਿਣਾ ਜੇ ਜੇ ਉੱਥੇ ਵੀ ਜਾਣਾ ਹੈ ਉੱਥੇ ਵੀ ਸਾਨੂੰ ਕੈਦੀਆਂ ਨੇ ਮੁਠੀਆਂ ਹੀ ਭਰਨੀਆਂ ਨੇ ਉੱਥੇ ਵੀ ਇੱਜ਼ਤ ਵਾਲੇ ਉਹ ਬੇਲੀ ਸਾਡੇ ਹੀ ਨੇ ਉੱਥੇ ਵੀ। ਉੱਥੇ ਕਿਹੜੇ ਕੋਈ ਜਿੰਨ ਜੁਨ ਆਏ ਨੇ ਉੱਥੇ ਵੀ ਸਾਡੇ ਹੀ ਨੇ। ਮੈਂ ਤੁਹਾਨੂੰ ਅੱਜ ਵਾਅਦਾ ਲੈਣਾ ਜੁਮੇ 'ਚ ਮਰ ਜਾਇਆ ਜੇ ਹੱਕ ਦਾ ਸਾਥ ਨਾ ਛੱਡਿਆ ਅੱਜ। ਹੱਥ ਕੜੇ ਕਰਕੇ ਵਾਅਦਾ ਕਰੋ ਹੱਥ। ਜ਼ਿੰਦਗੀ ਤੇ ਇੱਕ ਦਫ਼ਾ ਮਿਲੀ ਇਹ ਦੁਬਾਰਾ ਰੋਜ਼ ਮਿਲਣੀ ਤੇ ਹੱਕ ਦਾ ਖੜਾ ਨਾ ਛੱਡਿਆ। ਬਸ ਜਿੱਥੇ ਹੁਵਾਂ ਬਸ ਹੱਕ ਦੀ ਗੱਲ ਕਰਨੀ। ਜਿੱਥੇ ਉਹ ਹੱਕ ਦੀ ਗੱਲ ਕਰਦੋ। जनाਬ ਸਲਮਾਨ ਅੰਦਰ ਬੈਠੇ ਨੇ ਤੇ ਜਦੋਂ ਬੈਠੇ ਨੇ ਨਾ ਤੇ ਜਨਾਬ ਸਲਮਾਨ 3 ਸਾਲ ਗਵਰਨਰ ਰਹੇ ਨੇ ਕਿੰਨੇ ਸਾਲ ਆਖਰੀ ਗੱਲ ਹੈ ਪੱਲੇ ਬੰਨੋ ਇਹ ਵਾਕਿਆ ਵੀ ਆਖਰੀ ਹੈ ਤੇ ਗੱਲ ਵੀ ਆਖਰੀ ਹੈ ਇਹ ਆਂਦੇ ਨੇ 3 ਸਾਲ ਗਵਰਨਰ ਰਹੇ ਨੇ ਤੇ ਤਿੰਨਾਂ ਸਾਲਾਂ ਬਾਅਦ حضرت عمر نو مل ناره نے تے جناب عمر نے استقبال کیتا اج میرا گورنر آ رہے ہیں تے میں استقبال کراؤ تے سامنے دنیا کھڑی ہے اجویں تسی بھریا پلاٹ بیٹھا ہے نا جگہ ساری پھول ہو گئی ہے نا ایویں جناب سلمان آئے تے دنیا اگے کھڑی تے 22 لاکھ مربا میل دا حکمران استقبال واسطے کڑائے اے گورنر صاحب آئے نے جناب عمر فاروق اگے کھڑے نے آندے نے سلمان 3 ਸਾਲ ਦੀ ਕੀ ਕਮਾਈ ਲੈ ਕੇ ਆਂਦੀ ਊ ਇਹ ਵਕਤ ਦਾ ਗਵਰਨਰ ਤੇ ਜਨਾਬੇ ਉਮਰ ਕਹਿੰਦੇ ਨੇ ਸਲਮਾਨ ਕੀ ਕਮਾ ਕੇ ਲਿਆਂਦਾ ਈ ਤੇ ਜਨਾਬ ਦੀਆਂ ਅੱਖਾਂ ਡੁੱਲ ਪਈਆਂ ਤਵਜੋ ਮੇਰੇ ਵੱਲ ਅੱਖਾਂ ਡੁੱਲ ਪਈਆਂ ਤੇ ਲੋਕੀ ਵੇਖਦੇ ਨੇ ਸਲਮਾਨ ਦੀਆਂ ਅੱਖਾਂ ਡੁੱਲੀਆਂ ਤੇ ਦਾੜੀ ਹਿਜਵਾਣਾ ਪਰ ਲੱਗ ਪਈ ਜਨਾਬੇ ਉਮਰਾਂਦੇ ਨੇ ਸਲਮਾਨ ਤੈਨੂੰ ਪੁੱਛਿਆ ਰੋਣ ਕਿਉਂ ਲੱਗ ਪਿਆ ਆਂਦੇ ਨੇ ਜਨਾਬ ਤੁਸੀਂ ਕਿਆ ਸਿੱਕੀ ਲੈ ਕੇ ਆਏ ਜਿਹੜੇ ਕੁਰਤੇ ਚ ਗਿਆ ਸਾਂ ਉਸੇ ਕੁਰਤੇ ਚ ਵਾਪਸ ਆਏ ਜਿਹੜੇ ਕੁਰਤੇ ਚ ਗਿਆ ਸਾਂ ਉਸੇ ਕੁਰਤੇ ਚ ਵਾਪਸ ਆਇਆ। ਆਪ ਮਿੱਟੀ ਦਾ ਪਿਆਲਾ ਲੈ ਕੇ ਗਿਆ ਸਾਂ। ਇਹ ਪਿਆਲਾ ਹੀ ਲੈ ਕੇ ਆਂਦਾ ਹੈ। ਰਾਤ ਨੂੰ ਇਹਦੇ ਚ ਸੁੱਕੀਆਂ ਰੋਟੀਆਂ ਭਿਓ ਦੇਣਾ ਸਾਂ ਪਾਣੀ ਚ। ਸਵੇਰੇ ਉੱਠ ਕੇ ਖਾ ਲੈਣਾ ਸਾਂ। ਕਹਿੰਦੇ ਕਿਉਂ ਰੋਟੀ ਖਾ ਲੈਣੀ ਸੀ ਚੰਗੀ ਮਕਾ ਕੇ। ਕਹਿੰਦੇ ਮੈਨੂੰ ਡਰ ਲੱਗਦਾ ਸੀ ਕਿਤੇ ਕੋਈ ਭੁੱਖਾ ਸੁੱਤਾ ਕਿਆਮਤ ਨੂੰ ਨਾ ਕਹਿ ਦੇ। ਇਹ ਚਸਕੇ ਲਾਉਂਦਾ ਸੀ ਤੇ ਮੈਨੂੰ ਸੁੱਕੀ ਰੋਟੀ ਵੀ ਨਹੀਂ ਲੱਭੀ। ਆਪਣੇ ਰੱਬ ਦੇ ਡਰ ਤੋ ਸੁੱਕੀਆਂ ਰੋਟੀਆਂ ਖਾ ਕੇ ਗਵਰੀ ਕੀਤੀ 3 ਸਾਲ ਜਨਾਬ ਸਲਮਾਨ ਗਵਰਨਰ ਹੈ ਤੇ 3 ਸਾਲਾਂ ਦੇ ਗਵਰਨਰ ਦੇ ਕੋਲ ਦੂਜਾ ਕੁਰਤਾ ਨਹੀਂ ਤੇ ਜਨਾਬ ਉਮਰ ਕਹਿੰਦੇ ਨੇ ਓਏ ਸਲਮਾਨ ਤੂੰ ਦੂਜਾ ਜੋੜਾ ਹੀ ਬਣਾ ਲੈਣਾ ਸੀ ਆਂਦੇ ਮੈਨੂੰ ਡਰ ਲੱਗਦਾ ਸੀ ਕਿਤੇ ਅੱਲਾ ਕਿਆਮਤ ਨੂੰ ਇਹ ਨਾ ਪੁੱਛ ਲੈ ਤੇਰੀ ਰਾਇਆ ਚ ਫਲਾਣਾ ਨੰਗਾ ਬੈਠਾ ਸੀ ਤੂੰ ਦੋ ਦੋ ਕੁਰਤੇ ਸਾਹਮਣੇ ਬੈਠਾ ਜਾ ਮੈਂ ਇੱਕ ਹੀ ਪਾ ਕੇ ਆਪਣੀ ਉਮਰ ਰੰਗਾਇਆ ਓਹ ਤੋਲ ਨਾ ਸਹੋਸ ਪਾਲੈ ਨਸ ਆ ਕਿੰਨੇ ਬੈਠੇ ਨੇ ਅਸੀਂ ਤੇ ਸਜਦੇ ਪਈਏ ਤੇ ਸ਼ੁਕਰਦਾਰ ਨਹੀਂ ਮੈਂ ਸਾਈਕਲ ਤੇ ਵੀ ਜਲਸੇ ਕਰਨ ਗਿਆ ਮੈਨੂੰ ਲੋਕੀ ਸਾਈਕਲ ਤੇ ਬਾਹ ਲੈਂਦੇ ਸੀ ਆ ਤੁਹਾਡੇ ਲੱਦੇ ਵਾਲੇ ਮੈਂ ਜੂਆ ਪੜਾਉਣਾ ਸੀ ਲੋਕੀ ਆਲਮ ਚੌਕ ਤੋਂ ਮੈਨੂੰ ਬਾਹ ਕੇ ਮੋਟਰਸਾਈਕਲ ਤੇ ਲਿਉਂਦੇ ਸੀ ਦਿਨ ਮੈਂ ਯਾਦ ਰੱਖੇ ਹੋਏ ਨੇ ਮੋਨ ਵੀ ਮੈਨੂੰ ਕੋਈ ਗੱਡੀ ਖਿਲਾਰੇ ਪਾਵੇ ਜਿੱਡੀ ਮਰਜ਼ੀ ਮਹਿੰਗੀ ਗੱਡੀ ਤੇ ਬਵਾ ਮੈਂ ਸੜਕ ਤੇ ਉਤਰ ਕੇ ਮਿਲਣਾ ਸਭ ਨੂੰ ਜਿਹੜਾ ਮਿਲੇ ਤੇ ਯਾਦ ਰੱਖਦਾ ਹੈ ਜਿਹੜਾ ਕਵੇ ਮੈਂ ਫਲਾਣੇ ਸਨ ਚ ਤਾਨੂੰ ਮਿਲੇ ਆ ਯਾਦ ਕਰਨਾ ਹੈ ਬੁਲਾਣਾ ਕਿਉਂ ਕਾਤ ਆਪਣੀ ਯਾਦ ਰੱਖੀਏ ਮੈਂ ਜੀਓ ਨਿਊਜ਼ ਤੇ ਵੀ ਦੱਸਿਆ ਸੀ ਜੇ ਕਦੀ ਸਕੂਲੋਂ ਆਣਾ ਸਾਡਾ ਬਾਪ 25 ਸਾਲ ਹੋ ਗਏ ਫੌਤ ਹੋਿਆਂ ਨੂੰ ਘਰ ਚ ਸੱਲਣਾ ਆਉਣ ਦੌਰੀ ਚ ਅਸੀਂ ਜੱਟਾ ਕਰੋ ਲੱਸੀ ਲਿਆ ਕੇ ਤੇ ਦੌਰੀ ਚ ਪਾ ਕੇ ਸਾਡੇ ਲਾਗੇ ਮਾਸੀ ਜੱਟੀ ਹੁੰਦੀ ਸੀ ਤੇ ਉਹਦੇ ਕੋਲ ਲੱਸੀ ਲਿਆਉਣੀ ਦੌਰੀ ਚ ਪਾ ਕੇ ਮਿਰਚਾਂ ਨਾਲ ਰੋਟੀ ਖਾ ਲੈਣੀ ਉਹ ਦਿਨ ਵੀ ਯਾਦ ਰੱਖੇ ਅੱਜ ਅੱਲਾ ਨੇ ਕਿੰਨੀਆਂ ਡਿਸ਼ਾਂ ਘੇਰ ਖਾਈਆਂ ਹੁੰਦੀਆਂ ਤੇ ਹੁਣ ਵੀ ਆਦਤ ਹੈ ਗਰੀਬਾਂ ਨੂੰ ਨਾਲ ਬਿਠਾ ਕੇ ਖਵਾਉਣਾ ਹੈ ਕਿਉਂਕਿ ਗਰੀਬੀ ਖੁਦ ਵੀ ਵੇਖੀ ਹੈ ਮੇਰਾ ਬਾਪ ਇਲੈਕਸ਼ਨ ਲੜਦਾ ਸੀ ਜ਼ਿਆਦਾ ਦੌਰ ਚ ਚੇਅਰਮੈਨੀ ਦੇ ਇਲੈਕਸ਼ਨ ਉਹ ਉਸ ਦੌਰ ਚ ਬੀਟੀ ਮੈਂਬਰ ਹੁੰਦੇ ਸਨ ਤੇ ਸੋਲੰਗ ਲਵਾਇਆ ਮੇਰੇ ਬਾਬੇ ਨੇ ਤੇ ਉਹਨੇ ਪਿੱਲੀਆਂ ਇੱਟਾਂ ਲਾਤੀਆਂ ਠੇਕੇਦਾਰ ਨੇ ਮੈਨੂੰ ਹੁਣ ਵੀ ਗੱਲ ਯਾਦ ਹੈ ਉਹ ਸਾਰਾ ਸੋਲੰਗ ਹੀ ਪਟਾਇਆ ਉਹਨੇ ਬੜਾ ਕਿਹਾ ਮਠਿਆ ਮਸ਼ੂ ਲੈ ਲਓ ਚਾਹੇ ਛਾਏ ਤੇ ਮੇਰੇ ਬਾਪ ਨੇ ਕਿਹਾ ਨਹੀਂ ਜ਼ਿੰਦਗੀ ਇੱਕ ਦਫਾ ਹੀ ਮਿਲੀ ਏ ਲਿਹਾਜ਼ਾ ਮੈਂ ਬੇਈਮਾਨੀ ਨਹੀਂ ਕਰਨੀ ਤੇ ਉਹ ਜਨਾਬੇ ਵਾਲਾ ਇੱਟਾਂ ਸਾਰਾ ਸੋਲੰਗ ਪਟਾਤਾ ਹੁਣ ਮੈਨੂੰ ਕਈ ਬੰਦੇ ਮਿਲਦੇ ਤੇਰੇ ਪਿਓ ਨੇ ਸਾਰੀਆਂ ਇੱਟਾਂ ਪਟਾ ਕੇ ਅਵਲ ਲਵਾਈਆਂ ਸੀ ਮੈਨੂੰ ਹੁਣ ਵੀ ਗੱਲ ਯਾਦ ਹੈ ਮੈਂ ਜੁਵੇਂ ਸੁਣਾ ਦਿੱਤੀ ਏ ਤੁਹਾਨੂੰ ਵੀ ਨਸੀਹਤ ਹੈ ਆਪਣੀ ਔਲਾਦ ਅੱਗੇ ਇੰਜ ਦਾ ਕੰਮ ਕਰਿਆ ਜੇ ਔਲਾਦ ਤਸਕਰਾ ਚੰਗੇ ਕੰਮਾ ਨਾ ਕਰੇ ਆ ਕਈ ਵਿੱਚ ਬੈਠੇ ਨੇ ਜਿਹੜੇ ਆਪਣੀ ਔਲਾਦ ਨੂੰ ਪਤਾ ਕੀ ਸਿਖਾਉਂਦੇ ਨੇ ਬਾਹਰ ਕੋਈ ਬੰਦਾ ਮਿਲਨ ਆਵੇ ਨਾ ਬੂਆ ਖੜਕਾਏ ਤੇ ਪੁੱਛ ਕੇ ਅੰਦਰ ਪੁੱਤਰ ਪੁੱਛ ਕੇ ਕੌਣ ਹੈ ਅੱਬਾ ਫਲਾਣਾ ਹੈ ਉਹਨੂੰ ਕਹੇ ਘਰ ਨਹੀਂ ਹੈਗਾ ਹੁਣ ਪੁੱਤਰ ਮਗਰੋਂ ਆਖੂ ਨਾ ਮੇਰਾ ਪਿਓ ਝੂਠ ਸਿਖਾਉਂਦਾ ਹੀ ਸਾਨੂੰ ਆ ਉਹ ਬੋਲੋ ਇਹੋ ਕੁਸ਼ੀ ਹੈ ਉਹ ਆਦਾ ਹੀ ਮੇਰਾ ਅੱਬਾ ਚਨਾਜਾ ਪੜਨ ਗਿਆ ਹੈ ਇਹ ਨਹੀਂ ਪਤਾ ਢਾਈ ਮਨ ਦਾ ਜਨਾਇਆ ਅੰਦਰ ਪਿਆ ਹੈ। ਔਰ ਔਲਾਦ ਨੂੰ ਝੂਠ ਸਿਖਾਉਂਦੇ ਜੇ ਮੈਨੂੰ ਦੱਸ ਜਿਹੜਾ ਆਪਣੀ ਔਲਾਦ ਦੇ ਸਾਹਮਣੇ ਝੂਠ ਬੋਲੇਗਾ ਔਲਾਦ ਮਰਨ ਤੋਂ ਬਾਅਦ ਤਾਰੀਫ ਕਰੇਗੀ ਇਹ ਤੇ ਕਦੀ ਨਹੀਂ ਤਾਰੀਫ ਕਰੇ। ਅੱਜ ਵਾਦਾ ਕਰੋ ਜੁਮੇਂ ਚ ਆਪਣੀ ਔਲਾਦ ਦੇ ਸਾਹਮਣੇ ਚੰਗੇ ਕੰਮ ਕਰਨੇ ਤਾਂ ਕਿ ਔਲਾਦ ਵੇਖ ਕੇ ਤੁਹਾਡੀ ਇੱਜ਼ਤ ਨੂੰ ਦਾਗ ਨਾ ਲਾਏ ਉਹ ਵੀ ਚੰਗੇ ਕੰਮ ਕਰੇ। ਕਰੋਗੇ ਨਾ ਇਨਸ਼ਾਅੱਲਾ। ਚੁੱਕੋ ਚੁਕਵਾ ਚੁੱਕੋ ਮਾਸ਼ਾਅੱਲਾ। ਇਹ ਜੁਮੇ ਦੇ ਵਿੱਚ ਮੈਂ ਹੱਥ ਖੜੇ ਤਦ ਕਰਾਏ ਅੱਲਾਹ ਤੁਹਾਨੂੰ ਇਹ ਵਾਅਦੇ ਪੱਕੇ ਕਰਨ ਦੀ ਤੋਫੀਕ ਦੇਵੇ ਅੱਲਾਹ ਹਾਜ਼ਰੀ ਕਬੂਲ ਫਰਮਾਏ ਵਾ ਆਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬ